ਵੈਲਕਮ ਬੈਕ ਟੂ ਮਾਈ ਯੂਟਿਊਬ ਚੈਨਲ। ਅੱਜ ਅਸੀਂ ਬਣਾ ਰਹੇ ਹਾਂ ਘਰ 'ਚ ਦੇਸੀ ਘਿਓ ਦੀਆਂ ਪਿੰਨੀਆਂ। ਆਓ ਅਸੀਂ ਤੁਹਾਨੂੰ ਦੱਸ ਰਹੇ ਹਾਂ। ਪਹਿਲਾਂ ਅਸੀਂ ਸਾਰੇ ਬਦਾਮ, ਕਾਜੂ, ਅਖਰੋਟ, ਮੂੰਗਫਲੀ ਸਭ ਕੁਝ ਰੋਸਟ ਕਰਕੇ ਅਤੇ ਉਹਨਾਂ ਨੂੰ ਕੁੱਟ ਲਿਆ ਆ, ਜਿਸ 'ਚ ਮੰਮੀ ਸਾਡੀ ਹੈਲਪ ਕਰਦੇ ਪਏ ਨੇ। ਅਤੇ ਇਹਨੂੰ ਚੰਗੀ ਤਰ੍ਹਾਂ ਕੁੱਟ ਕੇ ਅਤੇ ਇਹਦਾ ਪਾਊਡਰ ਬਣਾ ਲੈਣਾ ਆ। ਫਿਰ ਅਸੀਂ ਭੁੰਨ ਰਹੇ ਹਾਂ ਆਪਣੇ ਮਗਜ਼ ਭੁੰਨ ਕੇ, ਅਤੇ ਨਾਲ ਹੁਣ ਆਟਾ ਭੁੰਨ ਰਹੇ ਹਾਂ। ਆ ਗੋੜਿਆ ਅਸੀਂ ਪਾਉਣਾ ਵਿੱਚ। ਬੱਚੋ ਜਾਦੂ ਕਰੀਆ ਕੰਮ ਦੇਖੋ, ਕਦੀ ਤੁਹਾਡੀ ਵੀ ਬੱਤੀ ਕੰਮ ਕਰਦੀ ਸੀ, ਫਿਰ ਦੇਖੀ ਤੁਹਾਡੀ ਕਰਦੀ ਵੀ ਦੇਖੋ ਕੰਮ ਕਰਦੀ ਵੀ ਤੁਸੀਂ ਹੁਣ ਉੱਠ ਗਈ। ਅਸੀਂ ਗੋੜ ਕੁੱਟ ਲਿਆ, ਪਹਿਲਾਂ ਡਰਾਈ ਫਰੂਟ ਅਸੀਂ ਪਾਇਆ ਵਿੱਚ। ਅਸੀਂ ਇਹਦੇ ਵਿੱਚ ਮਗਜ਼ ਪਾਏ ਆ, ਬਦਾਮ ਪਾਏ ਆ, ਕਾਜੂ ਪਾਏ ਆ, ਅਤੇ ਤਾਂ ਵਿੱਚ ਇਹਦੇ ਸੌਗੀ ਪਾਈ ਆ। ਅਸੀਂ ਸਾਰਾ ਕੁਛ ਪਾ ਕੇ ਅਸੀਂ ਇਹ ਗੁੜ ਪਾਉਣਾ ਆ। ਬਾਕੀ ਆਟਾ ਭੁੱਜਦਾ ਆ, ਆਟਾ ਬਾਅਦ 'ਚ ਪਾਉਣਾ। ਅਸੀਂ ਗੈਸ 'ਤੇ ਬਣਾਉਂਦੇ, ਅੱਗੇ ਤਾਂ ਚੁੱਲ੍ਹਿਆਂ 'ਤੇ ਬਣਾਉਂਦੇ ਹੁੰਦੇ ਸੀ। ਸਾਡੀ ਕੁੜੀ ਨੂੰ ਤਾਂ ਚਾਅ ਚੜਿਆ ਪਿਆ, ਉਹ ਕਹਿੰਦੀ ਆ ਮੈਂ ਬਣਾਵਾਂ। ਠੰਡ ਬਹੁਤ ਹੋ ਗਈ ਆ ਅਤੇ ਬੱਚੇ ਕਹਿੰਦੇ ਅਸੀਂ ਪਿੰਨੀਆਂ ਖਾਣੀਆਂ ਆ। ਮੈਂ ਕਿਹਾ ਚਲੋ ਤੁਹਾਨੂੰ ਬਣਾ ਦਿੰਦੇ ਹਾਂ। ਕੜਾਈ ਲੈਣੀ ਆ, ਉਹਦੇ ਵਿੱਚ ਅਸੀਂ ਪਾਉਣਾ ਦੇਸੀ ਘਿਓ, ਸਾਡਾ 2 ਕਿਲੋ ਘਿਓ ਆ। ਜੇ ਵੱਧ ਹੋ ਗਿਆ ਤਾਂ ਅਸੀਂ ਵੱਧ ਹੋਰ ਪਾ ਦਾਂਗੇ, ਘਟਣ ਨਹੀਂ ਦੇਣਾ, ਵਧਾ ਦੇਣਾ। ਘਿਓ ਮੈਲਟ ਹੋਣ ਦਿੰਦੇ ਹਾਂ ਥੋੜ੍ਹੀ ਦੇਰ ਅਸੀਂ ਗੈਸ 'ਤੇ। ਇਹ ਸਾਡਾ 2 ਕਿਲੋ ਆਟਾ ਹੈ, 2 ਕਿਲੋ ਗੌੜੀਆਂ, ਇਹ ਅਲਸੀ ਆ, ਸੌਂਡੀਆਂ, ਇਹ ਸਾਰਾ ਸਾਡਾ ਡਰਾਈ ਫਰੂਟ ਆ। ਇਹਦੇ ਵਿੱਚ ਸਾਡੇ ਅਖਰੋਟ, ਬਦਾਮ, ਕਾਜੂ ਔਰ ਮਗਜ਼ ਆ, ਅਤੇ ਠੂਠੀ ਆ ਜਿਹਨੂੰ ਅਸੀਂ ਰੋਸਟ ਕਰਕੇ ਮਿਕਸੀ ਵਿੱਚ ਗ੍ਰੈਂਡ ਕਰ ਲਿਆ। ਸੂਜੀ ਸਾਡੀ ਸੌਗੀ ਆ, ਸੌਂਫ ਆ, ਅਤੇ ਬਾਕੀ ਮੂੰਗਫਲੀ ਵੀ ਇਹਦੇ ਵਿੱਚ। ਹੁਣ ਇਹ 'ਚ ਅਸੀਂ ਗੁੜ ਪਾਵਾਂਗੇ, ਘਿਓ ਮੈਲਟ ਹੋਣ ਦੇ ਨਾਲ ਇਹ ਗੁੜ ਵੀ ਚੰਗੀ ਤਰ੍ਹਾਂ ਮੈਲਟ ਹੋ ਜਾਊਗਾ, ਵੀ ਜਿਹੜਾ ਆਟੇ ਦੇ ਨਾਲ ਚੰਗੀ ਤਰ੍ਹਾਂ ਮਿਕਸ ਹੋ ਜਾਊਗਾ। ਫਿਰ ਗੈਸ ਥੋੜ੍ਹਾ ਡੇਮੀ ਰੱਖਣਾ ਆ, ਵੀ ਜਿਹੜਾ ਗੁੜ ਆ ਇਹਦਾ ਨਾਲ ਨਾ ਲੱਗ ਜਾਵੇ ਕੜਾਹੀ ਦੇ ਨਾਲ। ਹਲਕਾ ਹਲਕਾ ਇਹਨੂੰ ਮਿਕਸ ਕਰਾਂਗੇ ਵਿੱਚ, ਜਦੋਂ ਗੁੜ ਕਰਾਂਗੇ ਵਿੱਚ ਸੌਂਫ ਵੀ ਪਾ ਦਾਂਗੇ, ਥੋੜ੍ਹਾ ਟੇਸਟ ਆ ਜਾਏਗਾ। ਪਿਸੀ ਹੋਈ ਸੌਂਫ ਵੀ ਪਾਉਣੀ, ਅਸੀਂ ਸਭ ਕੁਛ ਨਾ ਗ੍ਰੈਂਡ ਕਰਕੇ ਪਾ ਰਹੇ ਹਾਂ, ਕਿਉਂਕਿ ਸਾਡੇ ਡੈਡੀ ਆਰਾਮ ਨਾਲ ਖਾ ਸਕਣ, ਸਾਡੇ ਤਾਇਆ ਜੀ ਵੀ। ਤੁਸੀਂ ਇਹਦੇ ਵਿੱਚ ਖੋਆ ਵੀ ਪਾ ਸਕਦੇ ਹਾਂ, ਮਤਲਬ ਜੋ ਜੋ ਜਿਹਨੂੰ ਪਸੰਦ ਹੈਗਾ। ਕਈ ਨਾਰੀਅਲ ਬੂਰਾ ਵੀ ਬਹੁਤ ਜ਼ਿਆਦਾ ਪਾ ਦਿੰਦੇ ਨੇ, ਪਰ ਅਸੀਂ ਲਿਮਿਟ ਦਾ ਹੀ ਪਾਉਣਾ ਆ, ਫਿਰ ਜ਼ਿਆਦਾ ਗਰਮ ਹੋ ਜਾਂਦੀਆਂ ਆ। ਇਹਦੇ ਵਿੱਚ ਅਸੀਂ ਸਾਰਾ ਆਪਣਾ ਡਰਾਈ ਫਰੂਟ ਪਾ ਦੇਣਾ ਆ। ਹਾਂਜੀ, ਇਹਨੂੰ ਮਿਕਸ ਕਰ ਲੈਣਾ ਚੰਗੀ ਤਰ੍ਹਾਂ ਗੁੜ ਦੇ ਨਾਲ, ਘਿਓ ਦੇ ਨਾਲ, ਨਾਲ ਹੀ ਸੌਗੀ ਵਗੈਰਾ ਸਭ ਕੁਛ ਪਾ ਦੇਣਾ। ਮੰਮੀ ਆਏ ਨਾਲ ਹੈਲਪ ਕਰਾਉਣ ਸਾਡੇ। ਸੌਂਡ ਵੀ ਪਾ ਦਿਓ, ਸੌਂਡ ਦੇ 2 ਜਾਂ 4 ਚਮਚ ਪਾ ਦਿਓ, ਇੱਕੋ ਪਾ, ਇੱਕ ਚਮਚ ਅਸੀਂ ਸੌਂਡ ਦਾ ਪਾ ਦੇਣਾ ਵਿੱਚ,
ਕਿਉਂਕਿ ਸਮਾਨ ਬਾਕੀ ਵੀ ਹੈ ਨਾ, ਫਿਰ ਅਲਸੀ ਵੀ ਪਾਣੀ ਅਸੀਂ। ਅਸੀਂ ਤਾਂ ਗਰਮੀਆਂ ਵੀ ਬਣਾਈ ਦੀਆਂ ਮੂੰਗੀ ਦੀਆਂ, ਅਤੇ ਚਾਰ ਚਾਰ ਮੱਝਾਂ ਹੁੰਦੀਆਂ ਸੀ ਘਰ 'ਚ, ਅਤੇ ਘਰ ਦਾ ਹੋਣਾ ਕੱਤੇ ਬਣਾਉਣੀਆਂ ਸਾਡੀ ਬੀਬੀ ਨੇ ਭੱਠੀ ਦੇ ਉੱਤੇ ਰੱਖ ਕੇ। ਹੁਣ ਇਹ 'ਚ ਅਸੀਂ ਅਲਸੀ ਪਾ ਦੇਣੀ ਆ, ਪਾ ਦਿਓ ਸਾਰੀ ਪਾ। ਹੁਣ ਅਸੀਂ ਅਲਸੀ ਪਾਉਣ ਲੱਗੇ ਇਹਦੇ 'ਚ, ਅਲਸੀ ਪਾ ਕੇ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਹੈ। ਘਿਓ ਸਾਰਾ ਚੰਗੀ ਤਰ੍ਹਾਂ ਗਰਮ ਹੋ ਗਿਆ, ਤਾਂ ਹੁਣ ਅਸੀਂ ਕਰਾਂਗੇ ਇਹ 'ਚ ਆਟਾ ਐਡ। ਪਾ ਦਿਓ ਜੀ, ਆਟਾ ਪਾ ਕੇ ਚੰਗੀ ਤਰ੍ਹਾਂ ਮਿਕਸ ਕਰਨਾ ਹੈ। ਅਸੀਂ ਕੜਾਹੀ ਥੱਲੇ ਲਾਵਾਂਗੇ ਪਹਿਲਾਂ, ਚੰਗੀ ਤਰ੍ਹਾਂ ਮਿਕਸ ਕਰ ਲਾਂਗੇ। ਇਹ ਸਾਡਾ ਤਿਆਰ ਹੋ ਗਿਆ ਮਟੀਰੀਅਲ ਸਾਰਾ, ਤੇ ਹੁਣ ਬਸ ਪਿੰਨੀਆਂ ਵੱਟਣੀਆਂ ਸੀ। ਪਿੰਨੀ ਦਾ ਸਾਈਜ਼ ਅਸੀਂ ਐਡਾ ਰੱਖਣਾ ਆ। ਪਿੰਨੀਆਂ ਸਾਡੀਆਂ ਹੋ ਗਈਆਂ ਰੈਡੀ, ਖਾਣ ਵਾਲੇ ਵੀ ਨੇ ਤਿਆਰ। ਅਤੇ ਦੱਸਿਓ ਸਾਨੂੰ ਸਾਡੀ ਤੁਹਾਨੂੰ ਰੈਸਪੀ ਕਿੱਦਾਂ ਦੀ ਲੱਗੀ। ਪਲੀਜ਼ ਸਾਡੀ ਵੀਡੀਓ ਲਾਈਕ ਕਰੋ, ਕਮੈਂਟ ਕਰੋ, ਸਬਸਕ੍ਰਾਈਬ ਕਰੋ ਐਂਡ ਸ਼ੇਅਰ ਕਰੋ। ਥੈਂਕ ਯੂ।